ਮੈਂ ਮਨਜੀਤ ਕੌਰ, ਸਰਪੰਚ ਪਿੰਡ ਮੋਤੀਪੁਰ, ਜ਼ਿਲ੍ਹਾ ਜਲੰਧਰ। ਹੁਣ ਚੋਣ ਜ਼ਾਬਤਾ ਲੱਗਾ। ਚੋਣ ਜ਼ਾਬਤਾ ਤੋਂ ਬਾਅਦ ਮੈਂ ਆਪਣੇ ਪਿੰਡ ਦੀਆਂ ਲੋੜਾਂ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ। ਜਿਵੇਂ ਕਿ ਮੇਰੇ ਪਿੰਡ ਦੇ ਵਿੱਚ ਛੱਪੜ ਦੀ ਸਫਾਈ ਹੋਣ ਵਾਲੀ ਆ, ਪਿੰਡ ਵਿੱਚ ਇੰਟਰਲੋਕ ਲੱਗਣ ਵਾਲੀ ਆ, ਸੀਵਰੇਜ ਪੈਣ ਵਾਲਾ ਆ, ਪੂਰੇ ਪਿੰਡ ਦੀ ਡਿਵੈਲਪਮੈਂਟ ਹੋਣ ਵਾਲੀ ਆ। ਮੈਂ ਚੋਣ ਜ਼ਾਬਤਾ ਤੋਂ ਬਾਅਦ ਪੂਰੇ ਪਿੰਡ ਦੀ ਸਫਾਈ ਵਾਸਤੇ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ। ਜਿਵੇਂ ਕਿ ਸਾਡੇ ਜਨਰਲ ਸ਼ਮਸ਼ਾਨ ਘਾਟ ਦੀ ਸਫਾਈ ਹੋਣ ਵਾਲੀ ਆ, ਉਸ ਵਿੱਚ ਇੰਟਰਲੋਕ ਲੱਗਣ ਵਾਲੀ ਆ, ਉਸਦੀ ਚਾਰ ਦੀਵਾਰੀ ਹੋਣ ਵਾਲੀ ਆ, ਐਸੀ ਸ਼ਮਸ਼ਾਨ ਘਾਟ ਦੀ ਵੀ ਸਫਾਈ ਹੋਣ ਵਾਲੀ ਆ, ਉਸਦੇ ਵਿੱਚ ਵੀ ਇੰਟਰਲੋਕ ਲੱਗਣ ਵਾਲੀ ਆ, ਚਾਰ ਦੀਵਾਰੀ ਹੋਣ ਵਾਲੀ ਆ। ਔਰ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਹੈਗੀ। ਜਿਵੇਂ ਕਿ ਹਰ ਨਾਗਰਿਕ ਗਊ ਟੈਕਸ ਭਰ ਰਿਹਾ, ਜਿਵੇਂ ਕਿ ਆਵਾਰਾ ਕੁੱਤੇ ਗਲੀਆਂ 'ਚ ਘੁੰਮ ਰਹੇ ਆ, ਲੋਕਾਂ ਨੂੰ ਕੱਟ ਰਹੇ ਆ, ਸਰਕਾਰ ਨੂੰ ਇਹਨਾਂ 'ਤੇ ਨਾ ਸੰਬੰਧੀ ਕਰਨੀ ਚਾਹੀਦੀ ਹੈ। ਮੈਂ ਆਪਣੇ ਪਿੰਡ ਵਾਲਿਆਂ ਦੀ ਬਹੁਤ ਧੰਨਵਾਦੀ ਹਾਂ, ਆਪਣੇ ਭੈਣ ਭਰਾਵਾਂ ਦੀ, ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਸਰਪੰਚ ਬਣਾਇਆ। ਮੈਂ ਚਾਹੁੰਦੀ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਮੇਰਾ ਸਾਥ ਦੇਣ, ਪਿੰਡ ਦੇ ਵਿਕਾਸ ਲਈ